लुधियाना के कस्बा हमड़ा में 42वें खेल मेले का आयोजन किया गया, जिसका उद्घाटन कांग्रेस के प्रधान मनजीत सिंह हांबड़ा और सरपंच रणजोर सिंह जग्गा ने किया। इस टूर्नामेंट में कबड्डी के अलावा बहुत सारे मुकाबले करवाए जाएंगे। इस मौके पर क्लब के प्रधान बलवीर सिंह धालीवाल ने बताया कि यह मेला हर साल करवाया जाता है, जिसमें नौजवानों का उत्साह बढ़ता है। 42वां खेड मेला जो बड़ी धूमधाम से शुरू होया, ਉਹਦੇ ਉਦਘਾਟਨ ਹੋਏ ਨੇ। ਇਹ ਖੇਡ ਮੇਲਾ ਚਾਰ ਦਿਨ ਚੱਲੂਗਾ। 3 ਦਿਨ ਆਪਣੇ ਫੁੱਟਬਾਲ ਕਬੱਡੀ ਦੇ ਮੈਚ ਹੋਣਗੇ, 4ਵੇਂ ਦਿਨ ਵਾਲੀਬਾਲ ਦੇ ਮੈਚ ਹੋਣਗੇ। ਸੋ ਰੱਸਾ ਖਸੀ ਅਤੇ ਕੁੱਤਿਆਂ ਦੀਆਂ ਦੌੜਾਂ, ਉਹ ਵੀ ਕੁੱਤਿਆਂ ਦੀਆਂ ਦੌੜਾਂ ਅੱਜ ਕਰਾਈ ਜਾਂਦੀਆਂ ਰੱਸਾ ਖਸੀ ਕਾਲੂ ਵਿਚਾਲੇ ਦੇ ਲੋਕ। ਸੋ ਬੜੀ ਖੁਸ਼ੀ ਦੀ ਗੱਲ ਹੈ ਕਿ ਵਿੱਚ ਟੂਰਨਾਮੈਂਟ ਕਿਸੇ ਕਾਰਨਾਂ ਕਰਕੇ ਪਾਰਟੀਬਾਜ਼ੀ ਧੜੇਬਾਜ਼ੀ ਕਰਕੇ ਟੂਰਨਾਮੈਂਟ ਕੁਛ ਰੁਕ ਗਿਆ ਸੀਗਾ, 2-4 ਸਾਲ ਵਿੱਚ ਨਹੀਂ ਕਰਵਾ ਸਕੇ। ਪਰ ਇਸ ਵਾਰ ਅਸੀਂ ਧੰਨਵਾਦੀ ਹਾਂ ਸਾਡੇ ਹੰਬੜਾ ਨਗਰ ਦੇ ਸਰਪੰਚ ਰਣਜੋਤ ਸਿੰਘ ਜੱਗਾ ਜੀ ਦਾ ਅਤੇ ਸਾਡੀ ਸਪੋਰਟਸ ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਧਾਲੀਵਾਲ ਜੀ ਦਾ, ਜਿਨ੍ਹਾਂ ਦੇ ਵਿਸ਼ੇਸ਼ ਉਦਮਾਂ ਸਦਕਾ ਇਹ ਦੁਬਾਰਾ ਖੇਡ ਮੇਲਾ ਸ਼ੁਰੂ ਹੋਇਆ। ਸੋ ਬੜੀ ਖੁਸ਼ੀ ਦੀ ਗੱਲ ਹੈ, ਬੜੇ ਧੰਨਵਾਦ ਕਰਦੇ ਹਾਂ ਸਮੂਹ ਨਗਰ ਨਿਵਾਸੀਆਂ ਵੱਲੋਂ, ਸਮੂਹ ਇਲਾਕਾ ਨਿਵਾਸੀ ਦਾ, ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਇਸ ਟੂਰਨਾਮੈਂਟ ਨੂੰ। ਅਸੀਂ ਸਾਰਿਆਂ ਨੂੰ ਅੱਖ ਰੱਖ ਮੁਬਾਰਕਬਾਦ ਦਿੰਦੇ ਹਾਂ। ਧੰਨਵਾਦ।